ਜੀ ਹਾਂ, ਇਹ ਤਸਵੀਰਾਂ ਕ੍ਰਾਈਮ ਲਈ ਬਦਨਾਮ ਕਿਸੇ ਹੋਰ ਸੂਬੇ ਦੀਆਂ ਨਹੀਂ, ਸਗੋਂ ਪੰਜਾਬ ਦੀਆਂ, ਪੰਜਾਬ ਦੇ ਮਾਨਸਾ ਜ਼ਿਲ੍ਹਾ ਦੀਆਂ ਨੇ, ਜਿੱਥੇ ਦਿਨ ਦਿਹਾੜੇ ਚਿੱਟੇ ਦਿਨੀ ਇੱਕ ਨਹੀਂ ਦੋ ਦੋ ਮੈਡੀਕਲ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਬੇਖੌਫ ਬਦਮਾਸ਼ ਹੱਥਾਂ 'ਚ ਹਥਿਆਰ ਲੈ ਕੇ ਘੁੰਮ ਰਹੇ ਨੇ। ਸ਼ਰੇਆਮ ਮੈਡੀਕਲ ਦੀ ਦੁਕਾਨ 'ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਰਹੇ ਨੇ। ਇੱਥੇ ਹੀ ਬਸ ਨਹੀਂ, ਬੇਖੌਫ ਇਹਨਾਂ ਬਦਮਾਸ਼ਾਂ ਵੱਲੋਂ ਸ਼ਹਿਰ 'ਚ ਹੀ ਇੱਕ ਹੋਰ ਮੈਡੀਕਲ ਦੁਕਾਨ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜੀ ਹਾਂ, CCTV ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਸ ਪਾਸ ਵੇਖ ਰਿਹਾ ਇਹ ਨਕਾਬ ਪੋਸ਼ ਬਦਮਾਸ਼ ਆਪਣੇ ਡੱਬ 'ਚੋਂ ਪਿਸਤੌਲ ਕੱਢਦਾ ਹੈ, ਮੈਡੀਕਲ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਐਨ ਮੌਕੇ 'ਤੇ ਪਿਸਤੌਲ 'ਚੋਂ ਗੋਲੀਆਂ ਨਹੀਂ ਚੱਲ ਸਕੀਆਂ, ਜਿਸ ਕਾਰਨ ਬਦਮਾਸ਼ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ। ਸ਼ਰੇਆਮ ਹੋਈਆਂ ਇਹਨਾਂ ਵਾਰਦਾਤਾਂ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ, ਇਹਨਾਂ ਤਸਵੀਰਾਂ ਨੂੰ ਵੇਖਣ ਵਾਲੇ ਹਰ ਪੰਜਾਬ ਵਾਸੀ 'ਚ ਸਹਿਮ ਦਾ ਮਾਹੌਲ ਹੈ। ਸਹਿਮੇ ਇਹਨਾਂ ਪੀੜਤ ਦੁਕਾਨਦਾਰਾਂ ਵੱਲੋਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਵੀਰੇ, ਮੈਂ ਖਾਣਾ ਖਾਣ ਗਿਆ ਸੀ 2 ਵਜੇ ਤਕਰੀਬ, ਉਦੋਂ ਮੈਨੂੰ ਕਿਸੇ ਨੇ ਦੱਸਿਆ ਵੀ ਮਣਕੇ 'ਚ ਤੇ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੀ। ਮੈਂ ਉਹਨੂੰ ਮਣਕੇ 'ਚ ਵੀ ਹਾਂ, ਉਸ ਨੂੰ ਮੈਂ ਕੋਈ ਸੀਰੀਅਸ ਨਹੀਂ ਲੈਂਦਾ ਜੀ। ਬਾਅਦ ਜਦੋਂ ਮੈਂ ਕੈਮਰੇ ਚੈੱਕ ਕੀਤੇ, ਉਸ ਵਿੱਚ ਸ਼ੋਅ ਕੀਤਾ ਵੀ ਹਾਂ, ਉਸ ਵਿੱਚ ਵੀ ਹਾਂ ਅਸੀਂ ਫੈਰ ਬਾਰੇ ਕੋਸ਼ਿਸ਼ ਕਰ ਰਹੇ ਸੀਗੇ ਜੀ। ਹੁਣ 3 ਫੈਰ ਕੀਤੇ, 3 ਫੋਰ ਉਹਨੂੰ ਨੀਚੇ ਫੈਰ ਚੱਲੇ ਨਹੀਂ ਹੁੰਦੇ ਜੀ, ਫੈਰ ਨਾ ਚੱਲਣ ਕਰਕੇ ਬਾਅਦ 'ਚ ਅਸੀਂ ਕੰਪਲੇਂਟ ਕੀਤੀ ਉਸ ਨੰਬਰ 'ਤੇ, ਕੰਪਲੇਂਟ ਕਰਕੇ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਸਰ ਜੀ। ਮੰਗ ਤਾਂ ਦੇਖੋ ਜੀ, ਚੋਣ ਜ਼ਾਬਤਾ ਲੱਗਿਆ ਹੋਇਆ ਜੀ, ਚੋਣ ਜ਼ਾਬਤੇ ਹੁੰਦੇ ਦੇਖੋ ਇਹ ਵਾਰਦਾਤਾਂ ਹੋ ਰਹੀਆਂ ਨੇ ਵੀ ਹਾਂ, ਕਿੱਥੋਂ ਅਸਲ ਆਇਆ, ਕਿੱਥੋਂ ਕੀ ਆਸ ਆ ਸਕਿਆ ਵੀ ਹਾਂ, ਅਤੇ ਸਰ ਪ੍ਰਸ਼ਾਸਨ ਦਾ ਦੇਖੋ ਕੀ ਕਰਨਗੇ, ਕਾਰਵਾਈ ਕਰ ਰਹੇ। ਚਿੱਟੇ ਦਿਨੀ ਸ਼ਹਿਰ 'ਚ ਚੱਲੀਆਂ ਗੋਲੀਆਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜਣਾ ਪੈ ਗਈ। ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਕਿ CCTV ਤਸਵੀਰਾਂ ਦੇ ਆਧਾਰ 'ਤੇ ਜਾਂਚ ਨੂੰ ਅਮਲ 'ਚ ਲਿਆਂਦਾ ਜਾ ਰਿਹਾ। ਇਹਨਾਂ ਜਿਹੜੀ ਮਾਨਸਾ ਮੈਡੀਕਲ ਸਟੋਰ ਹੈ, ਇੱਥੇ ਕੋਈ 2 ਅਣਪਛਾਤੇ ਵਿਅਕਤੀ ਨੂੰ ਬੰਨੇ ਹੋਏ ਸੀ ਮੋਟਰਸਾਈਕਲ 'ਤੇ ਆਏ ਅਤੇ ਤੁਰ ਜਾਂਦੇ ਮੋਟਰਸਾਈਕਲ 'ਤੇ ਇਹਨਾਂ ਦੀ ਦੁਕਾਨ ਦੇ ਸ਼ੀਸ਼ਿਆਂ 'ਤੇ ਫਾਇਰ ਮਾਰ। ਗਰਕ ਮੈਡੀਕਲ ਆ, ਉੱਥੇ ਕਹਿੰਦੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਹੋਇਆ ਨਹੀਂ ਫਾਇਰ। ਫੁਟੇਜ ਵਗੈਰਾ ਖੰਗਾਲਦੇ ਹਾਂ ਅਸੀਂ ਆਸੇ ਪਾਸੇ ਵਾਲੇ ਕੈਮਰਿਆਂ ਦੀ, ਕੀ ਹੈ ਕਿਸੇ ਵਿਅਕਤੀ ਪਿੱਛੇ ਤੋਂ ਮੂੰਹ ਨਾ ਬੰਨੇ ਹੋਣ, ਇੱਥੇ ਹੋ ਕੇ ਬੰਨੇ ਹੋਣ ਜਾਂ ਕੋਈ ਵਹੀਕਲ ਦਾ ਨੰਬਰ ਵਗੈਰਾ ਆ ਸਕੇ। ਫਾਇਰਿੰਗ ਦੀਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ। ਤਸਵੀਰਾਂ ਨੇ ਇੱਕ ਵਾਰ ਮੁੜ ਤੋਂ ਸਾਬਤ ਕਰ ਦਿੱਤਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਦਾ ਰੱਬ ਹੀ ਰੱਖ ਹੈ, ਕਿਉਂਕਿ ਲੋਕ ਦਿਨ ਦਿਹਾੜੇ ਆਪਣੇ ਕੰਮਾਂ ਕਾਰਾਂ 'ਤੇ ਸੁਰੱਖਿਅਤ ਵਿਖਾਈ ਨਹੀਂ ਦੇ ਰਹੇ। ਆਖਰ ਇਸ ਨੂੰ ਕੀ ਸਮਝੀਏ, ਇਹ ਤੁਸੀਂ ਹੀ ਦੱਸੋ। ਫਿਲਹਾਲ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਦ ਤੱਕ ਸੁਲਝਾਉਂਦੀ ਹੈ, ਫਾਇਰਿੰਗ ਦੇ ਪਿੱਛੇ ਕੀ ਕੁਝ ਵਜ੍ਹਾ ਨਿਕਲ ਕੇ ਸਾਹਮਣੇ ਆਉਂਦੀ ਹੈ। BTC ਨਿਊਜ਼ ਦੇ ਲਈ ਮਾਨਸਾ ਤੋਂ ਨਵਦੀਪ ਆਲੂਵਾਲੀਆ ਦੀ ਰਿਪੋਰਟ।